ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ 8 April ਦਿਨ ਸੋਮਵਾਰ ਨੂੰ ਰਹੇਗੀ ਸਰਕਾਰੀ ਛੁੱਟੀ ਬੰਦ ਰਹਿਣਗੇ ਸਾਰੇ ادارے ਜੇਕਰ ਤੁਸੀਂ ਕਿਤੇ ਘੁੰਮਣ ਪਰੰਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ ਸਵੇਰੇ ਦੇ ਵਿੱਚ 8 ਅਪ੍ਰੈਲ 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲਿਆ ਅਸ ਦਿਨ ਸਵੇਰੇ ਭਰਦੇ ਸਕੂਲਾਂ ਕਾਲਜਾਂ ਵਿਦਿਅਕ ਅਦਾਰਿਆਂ ਤੇ ਹੋਰ ਵਪਾਰਕਾਂ ਕਈਆਂ ਦੇ ਵਿੱਚ ਛੁੱਟੀ ਰਹੇਗੀ ਦਰਅਸਲ ਅਸ ਦਿਨ ਸ਼੍ਰੀ ਗੁਰੂ ਨਾਭਾ ਦਾ ਜੀ ਦਾ ਜਨਮ ਦਿਵਸ ਸਵੇਰੇ ਭਰਦੇ ਵਿੱਚ ਮਨਾਇਆ ਜਾਵੇਗਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਦੇ ਵਿੱਚ ਐਸਾ ਦਿਵਸ ਨੂੰ ਥਾਂ ਦਿੱਤੀ ਹੈ ਜਨਮਦੇਵ ਸਾਹਿਬ ਸ਼੍ਰੀ ਗੁਰੂ ਨਾਭਾ ਦਾ ਜੀ ਤੇ ਸਰਕਾਰ ਦੇ ਵੱਲੋਂ ਛੁੱਟੇ ਲਾਣੇ ਗਿਆ ਤੇ ਅਦਾਰਨ ਸਰਕਾਰੀ ਸਕੂਲਾਂ ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ ਜੇਕਰ ਤੁਸੀਂ ਜੇਕਰ ਤੁਹਾਡੇ ਕੋਲ ਬੈਂਕ ਦੇ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਆ ਤਾਂ ਉਸ ਨੂੰ ਤੁਰੰਤ ਪੂਰਾ ਕਰੋ ਪੰਜਾਬ ਦੇ ਵਿੱਚ ਸੋਮਵਾਰ ਨੂੰ ਬੈਂਕ ਬੰਦ ਰਹਿ ਸਕਦੇ ਹਨ ਇਸ ਸਮੇਂ ਦੌਰਾਨ ਤੁਹਾਡੇ ਮਹੱਤਵਪੂਰਨ ਕੰਮ اٹਕ ਸਕਦੇ ਹਨ ਭਾਰਤ ਤੋਂ ਕੈਨੇਡਾ ਦੇ ਵਿਦਿਆਰਥੀ ਵੀਜੇ ਦੇ ਸੁਪਨਿਆਂ ਨੂੰ ਲੱਗਾ ਵੱਡਾ ਝਟਕਾ ਕੈਨੇਡਾ ਦਾ ਪੱਛਮੀ ਸੂਬੇ ਨੋਵਾ ਸਕੋਸ਼ੀਆ ਅਕਾਦਮਿਕ ਸਾਲ 2024-25 ਦੇ ਲਈ ਸਿਰਫ 12900 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰੇਗਾ ਤੁਹਾਨੂੰ ਦੱਸਦੇ ਕਿ ਭਾਰਤ ਤੋਂ ਕੈਨੇਡਾ ਦੇ ਉਦਿਆਰਤੀ ਵੀਜ਼ੇ ਦੇ ਸੁਪਨਿਆਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਇਸ ਸਾਲ ਸਟੱਡੀ ਪਰਮਿਟਾਂ ਦੀ ਪ੍ਰਕਿਰਿਆ ਪਿਛਲੇ ਸਾਲ ਦੇ ਮੁਕਾਬਲੇ ਲਗਭਗ 36% ਦੀ ਘਟ ਹੈ ਜਦੋਂ ਕਿ 2013 ਵਿੱਚ ਜਾਰੀ ਕੀਤੀ ਗਈ ਸਟੱਡੀ ਪਰਮਟਾ ਦੀ ਗਿਣਤੀ ਇੱਥੇ 1990 ਸੀ ਸਿਰਫ 3 ਲੱਖ 60 ਹਜ਼ਾਰ ਵਿਦਿਆਰਥੀ ਹੀ ਆ ਸਕਣਗੇ ਕੈਨੇਡਾ ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਅਰਜੀ ਪ੍ਰਕਿਰਿਆ ਤੇ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ ਜਿਹਦੇ ਤਹਿਤ ਦੇਸ਼ ਭਰ ਦੇ ਵਿੱਚ ਸਿਰਫ 3 ਲੱਖ 60 ਹਜ਼ਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦੇ ਲਈ ਕੈਨੇਡਾ ਆਉਣ ਦੀ ਇਜਾਜ਼ਤ ਦੇਵੇਗਾ ਇੱਕ ਮੀਡੀਆ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨੂਬਾ ਅਲਸਕਾ ਦੇ ਵਿੱਚ 12900 ਸਟਡੀ ਪਰਮਿਟਾਂ ਨੂੰ ਪਬਲਿਕ ਕਾ ਪ੍ਰਾਈਵੇਟ ਅਤੇ ਕਮਿਊਨਿਟੀ ਕਾਲਜਾਂ ਵਿੱਚ ਵੰਡਿਆ ਜਾਵੇਗਾ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਦੇਰ ਦੇ ਬੱਚਾ ਸਾਰੀਆਂ ਚੋਣਾਂ ਈਵੀਐਮ ਦੇ ਬਜਾਏ ਵੈਲਟਾ ਪੇਪਰ ਦੇ ਨਾਲ ਕਰਵਾਉਂਦੇ ਉੱਤੇ ਮੰਗ ਸੁਪਰੀਮ ਕੋਰਟ ਆ ਪਹੁੰਚੇ ਪਟੀਸ਼ਨ ਤਾਂ ਦੋਸਤੋ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਧਾਰ ਕਰਕੇ ਮੰਗ ਕੀਤੀ ਗਿਆ ਕਿ ਸਾਰੀਆਂ ਚੋਣਾਂ ਈਵੀਐਮ ਦੇ ਬਜਾਏ ਵੈਲਟਾ ਪੇਪਰਾਂ ਦੇ ਰਾਈ ਕਰਵਾਈਆਂ ਜਾਣ ਪਟੀਸ਼ਨ ਦੇ ਮੁਤਾਬਕ ਦੇਦ ਦੇ ਵਿੱਚ ਸਾਰੀਆਂ ਚੋਣਾਂ ਇਲੈਕਟ੍ਰੋਨਿਕ ਬੋਟਿੰਗਾਂ ਮਸ਼ੀਨਾਂ ਈਵੀਐਮ ਦੇ ਬਜਾਏ ਵੈਲਟ ਪੇਪਰ ਦੇ ਰਾਈ ਕਰਵਾਈਆਂ ਜਾਣੀਆਂ ਚਾਹੀਦੀਆਂ ਵਿਰੋਧੀ ਪਾਰਟੀਆਂ ਲੰਬੇ ਸਮੇਂ ਤੋਂ ਈਵੀਐਮ ਤੇ ਸਬਾਲਕ ਚੌਕਰੀਆਂ ਤੇ ਬੈਲਟ ਆ ਪੇਪਰ ਦੇ ਰਾਹੀਂ ਚੋਣਾਂ ਕਰਵਾਉਂਦੇ ਮੰਗ ਕਰੀਆਂ ਨੇ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਲੋਕਾ ਪ੍ਰਤਿਨਿਧਤਾ ਐਕਟ 1951 ਤੇ ਚੋਣ ਨਿਯਮ 1961 ਦੇ ਵਿੱਚ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਹਰ ਚੋਣ ਦੇ ਵਿੱਚ ਜਿੱਥੇ VOTING ਹੁੰਦੀ ਆ ਬੈਲਟ ਆ ਪੇਪਰ ਦੇ ਰਾਹੀਂ ਵੋਟ ਆ ਪਾਈ ਜਾਵੇਗੀ ਆਸਾਧਾਰਨ ਹਾਲਾਤਾਂ ਵਿੱਚ EVM ਤੇ ਵਿਚਾਰ ਕਰੇ ਚੋਣ ਕਮਿਸ਼ਨ ਆ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਇਸ ਤਰ੍ਹਾਂ ਬੈਲਟ ਆ ਪੇਪਰ ਅਤੇ ਬੈਲਟ ਆ ਬਾਕਸ ਦੇ ਭਰ ਤੋਂ ਚੋਣਾਂ ਦਾ ਨਜਮੇ ਭਾਵ ਸਾਰੀਆਂ ਚੋਣਾਂ ਦੇ ਵਿੱਚ ਪੇਪਰ ਵੋਟ ਦੇ ਬਰਤੋਂ ਕੀਤੀ ਜਾਣੀ ਚਾਹੀਦੀ ਹੈ ਪਾਰਟੀਸ਼ਨ ਦੇ ਮੁਤਾਬਕ VOTING MACHINE ਦੇ ਬਰਤੋਂ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਆਸਾਧਾਰਨ ਹਾਲਾਤਾਂ ਵਿੱਚ ਹੀ EBM ਦੇ ਮੱਦੇਨਜ਼ਰ ਚੋਣਾਂ ਕਰਵਾਉਣ ਤੇ ਵਿਚਾਰ ਕਰ ਸਕਦਾ ਹੈ ਸਰਕਾਰ ਦੀ ਇਜਾਜ਼ਤ ਤੋਂ ਬਗੈਰ ਯਾ ਫੀਮ ਦੀ ਖੇਤੀ ਦੇ ਵਿੱਚ ਝੂਟੇ ਪੰਜਾਬੀ ਸਰਕਾਰ ਦੋਸਤੋ ਬੇਸ਼ੱਕ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਪਰ ਪੰਜਾਬ ਦੇ ਵਿੱਚ ਆਫੀਮ ਦੇ ਖੇਤੀ ਦੇ अनेका ਮਾਮਲੇ ਸਾਹਮਣੇ ਆ ਰਹੇ ਅੰਤ ਇਸ ਵਾਰ ਪੁਲਿਸ ਨੇ ਸਵੇਰੇ ਬਾਕਵਾਕੇ ਸੰਬਚਾਇ ਛਾਪੇ ਮਾਰ ਕੇ ਆਫੀਮ ਦੇ ਕਈ ਮਾਮਲੇ ਫੜਿਆ ਹਨ ਅਹਿਮ ਗੱਲ ਇਹ ਹੈ ਕਿ ਇਹ ਸਾਰੇ ਲੋਕਾਂ ਬੜੀ ਚਲਾਕੀ ਦੇ ਨਾਲ ਲੋਕਸ਼ੈਪ ਕੇ ਆਫੀਮ ਦੇ ਖੇਤੀ ਕਾਰੇ ਸੇ ਤਾਜ਼ਾ ਮਾਮਲਾ ਡੇਰਾਬਸੀ ਦੇ ਸ਼ਹਿਰੀ ਖੇਤਰ ਦੇ ਵਿੱਚ ਸਾਹਮਣੇ ਆਇਆ ਹੈ ਇਦਲੇ ਪੁਲਿਸਾ ਹੋਰ ਚੌਕਸ ਹੋ ਗਿਆ ਦਰਸਾਲਾ ਪੁਲਿਸ ਨੇ ਡੇਰਾ ਬਸਰੀ ਬੱਚਾ ਫੀਮ ਦੇ ਖੇਤੀ ਕਰਦੇ ਇੱਕ ਵਿਅਕਤੀ ਨੂੰ ਰੰਗੇ ਹੱਥੀ ਕਾਬੂ ਕੀਤਾ ਪੁਲਿਸ ਨੇ ਮੌਕੇ ਤੋਂ 447 ਤੋਂ ਪੋਸਤ ਦੇ ਹਰੇ ਬੁੱਟੇ ਬਰਾਮਦ ਕੀਤੇ ਹਨ ਪੁਲਿਸ ਨੇ ਮੌਕੇ ਤੋਂ ਖੇਤ ਮਾਲਕ ਹਰਬਿੰਦਰ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਸਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਸਾਵਧਾਨ ਮੌਸਮ ਵਿਭਾਗ ਨੇ 9 April ਤੱਕ ਜਾਰੀ ਕੀਤਾ ਅਲਰਟ ਦੇ ਦੇ ਕਈ ਸਨ ਬੈਚਾ ਗਰਮੀ ਨੇ 10 ਤੱਕ ਦੇ ਦਿੱਤਿਆ ਕਈ ਰਾਜਾਂ ਵਿੱਚ ਤਾਪਮਾਨ 40 ਨੂੰ ਪਾਰ ਕਰ ਗਿਆ ਤੇ ਲੂ ਚੱਲ ਰਹੀ ਹੈ ਇਸ ਦਰਾਨ ਭਾਰਤ ਦੇ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਉਰਨਾਚਲ ਪ੍ਰਦੇਸ਼ ਜੰਮੂ ਕਸ਼ਮੀਰਾ 오ਡੀਸਾ ਪੱਛਮੀ ਬੰਗਾਲ ਆਂਧਰਾ ਪ੍ਰਦੇਸ਼ ਪੰਜਾਬ ਅਤੇ ਹੋਰ ਰਾਜਾਂ ਸਮੇਤ ਬਾਕ-ਬਾਕ ਰਾਜਾਂ ਵਿੱਚ ਮੀਂਹ ਅਤੇ ਲੂ ਵਰਗੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਹੈ ਆਈਐਮਡੀ ਦੇ ਅਨੁਸਾਰ 7 ਅਪ੍ਰੈਲ ਤੱਕ ਉੱਤਰ ਪੂਰਬੀ ਭਾਰਤ ਵਿੱਚ ਮੀਂਹ ਤੂਫਾਨਾਂ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਸੰਭਾਵਨਾ ਪੂਰਬ ਅਤੇ ਪ੍ਰਾਇਦੀਪ ਦੇ ਭਾਰਤ ਦੇ ਕੁਝ ਹਿੱਸਿਆਂ ਵਿੱਚ 5 ਤੋਂ ਲੈ ਕੇ 6 ਅਪ੍ਰੈਲ ਤੱਕ ਹੀਟ ਵੇਵ ਦੇ ਹਾਲਾਤ ਬਣ ਰਹੇਂਦੇ ਸੰਭਾਵਨਾ ਦੱਸ ਰਿਹਾ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਭਾਰਤ ਦੇ ਕਈ ਰਾਜਾਂ ਵਿੱਚ ਜ਼ਿਆਦਾ ਗਰਮੀ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ ਅਗਲੀ ਖਬਰਾ ਕਰੋਨਾ ਤੋਂ ਵੀ 100 ਗੁਣਾ ਜ਼ਿਆਦਾ ਖਤਰਨਾਕ ਮਹਾਮਾਰੀ ਫੈਲਣ ਦਾ ਖਤਰਾ ਮਾਹਿਰ ਵੀ ਫਿਕਰਮੰਦ ਮੈਡੀਕਲ ਮਾਹਿਰਾ ਨੇ ਇੱਕ ਹੋਰ ਮਹਾਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਕਰੋਨਾ ਤੋਂ ਵੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਸਕਦੀ ਹੈ ਖੋਜਕਰਤਾਵਾਂ ਨੇ ਹਾਲ ਹੀ ਦੇ ਵਿੱਚ ਵਾਰਡ ਫਲੂ ਦੇ H5N1 ਦੇ ਨਾਲ ਜੁੜੀਆਂ ਚਿੰਤਾਵਾਂ ਤੇ ਚਰਚਾ ਕਰਦੇ ਫਿਕਰ ਜ਼ਾਹਰ ਕੀਤਾ ਸੀ ਬ੍ਰਿਟੇਨ ਦੇ ਅਖਬਾਰ ਡੇਲੀ ਮਿਲ ਦੇ ਰਿਪੋਰਟ ਦੇ ਮੁਤਾਬਕ ਕੋਵਿਜ ਕਰਤਾਮ ਨੇ ਡਰ ਜ਼ाहिर ਕੀਤਾ ਕਿ ਇਹ ਵਾਇਰਸ ਇੱਕ ਗੰਭੀਰ ਸੀਮਾ ਤੱਕ ਪਹੁੰਚ ਸਕਦਾ ਹੈ ਜੋ ਕਿ ਇੱਕ ਵਿਸ਼ਵ ਵਿਆਪੀ ਮਹਾਮਾਰੀ ਨੂੰ ਜਨਮ ਦੇ ਸਕਦਾ ਹੈ ਕੋਵਿਡ-19 ਨਾਲੋਂ ਜ਼ਿਆਦਾ ਘਾਤਕ ਮੈਡੀਕਲ ਮਾਹਿਰਾਂ ਨੇ ਵਾਇਰਲ ਫਲੂ ਮਹਾਮਾਰੀ ਦੇ ਸੰਭਵਤਾ ਖਤਰੇ ਦੁੱਤੇ ਚਿੰਤਾ ਪ੍ਰਗਟ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਇਹ ਕੋਵਿਡ ਦੇ ਨਾਲੋਂ 100 ਗੁਣਾ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਇਹ ਨਹੀਂ ਇਹ ਮਹਾਮਾਰੀ ਸੰਭਾਵਤ ਤੌਰ ਤੇ ਸੰਕਰਮਾਤਾ ਲੋਕਾਂ ਦੇ ਵਿੱਚੋਂ ਅੱਧੇ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਪ੍ਰੈਸ ਬ੍ਰੀਫਿੰਗਾਂ ਦੌਰਾਨ ਪੀਟਰਸਬਰਗ ਵਿੱਚ ਇੱਕ ਪ੍ਰਮੁੱਖ ਵਾਈਲਡ ਫਲੂ ਰਿਸਰਚਰ ਡਾਕਟਰ ਸਰੇਸ਼ ਕੁਚਿਪੁੜੀ ਨੇ ਚੇਤਾਵਨੀ ਦਿੱਤੀ ਹੈ ਕਿ H5N1 ਵਿੱਚ ਮਹਾਮਾਰੀ ਪੈਦਾ ਕਰਨ ਦੀ ਸਮਰੱਥਾ ਕਿਉਂਕਿ ਇਹ ਮਨੁੱਖਾਂ ਸਮੇਤ ਕਈ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਰੱਖਦੀ ਹੈ। ਪੰਜਾਬ ਦੇ 32 ਕਿਸਾਨ ਜੱਤਵੰਗਾਂ ਨੇ ਚੋਣਾ ਮੁਹੰਮਦ ਦਰਨ ਭਾਈਪਾ ਦੇ ਕੇਰਾ ਬੰਦੇ ਦੇ ਰਣਨੀਤੀ ਤਿਆਰ ਕੀਤੀ। ਸੰਜਕਤ ਕਿਸਾਨ ਮੋਰਚੇ ਦੇ ਨਾਲ ਸਬੰਧਤ ਪੰਜਾਬ ਦੇ 32 ਕਿਸਾਨ ਜੱਤਵੰਗਾਂ ਨੇ ਚੋਣਾ ਮੁਹੰਮਦ ਦਰਨ ਭਾਈਪਾ ਦੇ ਵਿਰੁੱਧ ਦੇ ਲਈ ਰਣਨੀਤੀ ਤਿਆਰ ਕਰ ਲਿਆ ਤੇ ਵੋਟਾਂ ਮੰਗਣ ਦੇ ਲਈ ਆਉਣ ਵਾਲੇ ਭਾਈਪਾ ਉਮੀਦਵਾਰਾਂ ਤੇ ਆਗੂਆਂ ਦੇ ਕੇਰਾ ਬੰਦੇ ਤੇਜ਼ ਕਰਨ ਦਾ ਫੈਸਲਾ ਕੀਤਾ ਅਜੇ ਤੇ ਕਿਸਾਨ ਪਵਨ ਵਿਖੇ ਸਾਂਝੇ ਕਿਸਾਨ ਮੋਰਚੇ ਦੇ ਅਹਿਮ ਮੀਟਿੰਗਾਂ ਬਲਬੀਰ ਸਿੰਘ ਰਾਜੇਵਾਲ, ਰਵਨੀਤ ਸਿੰਘ ਬਰਾੜਾ ਤੇ ਜੰਗਵੀਰ ਸਿੰਘ ਚੌਹਾਨ ਦੀ ਪ੍ਰਧਾਨਗੀ ਦੇ ਹੇਠ ਹੋਈ ਆ ਜਦ ਵਿੱਚ ਪੰਜਾਬ ਦੇ 32 ਕਿਸਾਨ ਜੱਟ ਬੰਗਣ ਨੇ ਸਮੂਹਿਆ ਤਕੀਤੇ ਮੀਟਿੰਗ ਵਿੱਚ ਸਰਬਸੰਮਤੀ ਦੇ ਨਾਲ 8 ਅਪ੍ਰੈਲ ਦੀ ਚੰਡੀਗੜ੍ਹ ਵਿਖੇ ਹੋਣ ਵਾਲੀ ਰੈਲੀ ਨੂੰ ਮਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਕਾਰਪੋਰੇਟਾਂ ਦੇ ਮਾਲਕਾਂ ਤਬਾਲੇ ਨੌ ਸਾਈਲੋ ਨੂੰ ਕਣਕ ਦੇ ਖਰੀਦ ਦਾ ਕੇਂਦਰ ਐਲਾਨਨ ਦੇ ਫੈਸਲੇ ਵਿਰੁੱਧ ਸੀ ਮੀਟਿੰਗ ਨੇ ਨੋਟਾ ਕੀਤਾ ਕਿ ਕਿਸਾਨਾਂ ਅੰਦੋਲਨ ਦੇ ਦਬਾਅ ਦੇ ਹੇਠ ਅਤੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਭਾਵੇਂ 15 ਮਾਰਚ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ ਪਰ ਖੇਤੀਬਾੜੀ ਦੇ ਨਿੱਜੀਕਰਨ ਅਤੇ ਇਸ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਦੀ ਤਲਵਾਰ ਕਿਸਾਨਾਂ ਦੇ ਗਲਤ ਤੇ ਲਟਕਦੇ ਰਹਿਗੇ ਜਦੋਂ ਤੱਕ ਇਸ ਨੀਤੀ ਨੂੰ ਪੱਕੇ ਤੌਰ ਤੇ ਛੱਡਿਆ ਨਹੀਂ ਜਾਂਦਾ ਮੇਟੰਗ ਤੋਂ ਬਾਅਦ ਪੱਤਰਕਾਰ ਦੇ ਨਾਲ ਗੱਲਬਾਤ ਕਰਦ ਹੋਏ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰਾ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਨਿੱਜੀ ਸਾਇਲੋਜ ਨੂੰ ਬੰਦ ਕਰਨ ਦੇ ਪੱਕੇ ਹੱਲ ਲਈ ਸਰਕਾਰ ਤੋਂ ਮੰਡੀਆਂ ਬਾਰੇ APMC ਐਕਟ ਵਿੱਚ ਲੋੜੀਂਦੇ ਸੋਧਾ ਕਰਕੇ ਪ੍ਰਾਈਵੇਟ ਖਰੀਦ ਦਾ ਕੇਂਦਰਾਂ ਦੀ ਸਥਾਪਨਾ ਨੂੰ ਪ੍ਰਮਾਣਿਤ ਕਰਨ ਵਾਲੀ ਬਵਸਥਾ ਨੂੰ ਰਾਦ ਕੀਤਾ ਜਾਵੇ। ਅਗਲੀ ਖਬਰਾਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ 30 ਲੱਖ ਨੌਕਰੀਆਂ ਐਮਐਸਪੀ ਕਾਨੂੰਨਾ ਜਾਣੋ ਕਾਂਗਰਸ ਮੈਨੀਫੈਸਟੋ ਦੇ ਅਹਿਮ ਐਲਾਨ ਤੁਹਾਨੂੰ ਦੱਸ ਤੋਂ ਕਾਂਗਰਸ ਸਰਕਾਰ ਨੇ ਸ਼ੁੱਕਰਵਾਰ ਅੱਜ ਜਾਨੀ ਕਿ 5 ਅਪ੍ਰੈਲ ਨੂੰ ਲੋਕ ਸਭਾ ਚੋਣਾਂ 2024 ਦੇ ਲਈ ਆਪਣਾ ਚੋਣਾਂ ਮਨੋਰਾਤਾ ਪੱਤਰ ਜਾਰੀ ਕੀਤਾ ਹੈ ਇਹ ਮੈਨੀਫੈਸਟੋ 5 ਨਿਆਂ ਅਤੇ 25 ਗਰੰਟੀਆਂ ਤੇ ਆਧਾਰਿਤ ਹੈ ਪਾਰਟੀ ਪ੍ਰਧਾਨ ਮਲਿਕ ਕਰਜੁਨਾ ਕੜਗੇ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕਾਂਗਰਸ ਹੈੱਡਕੁਆਰਟਰ ਬਕੇ ਚੂਨਾ ਮਨੋਰਥਾ ਪੱਤਰ ਜਾਰੀ ਕੀਤਾ ਅਗਲੇ ਦਿਨ ਜੈਪੁਰ ਅਤੇ ਹైదరాబాద్ ਦੇ ਵਿੱਚ ਜਨਤਕ ਕਾ ਮੀਟਿੰਗਾਂ ਕੀਤੀਆਂ ਜਾਣੀਆਂ ਜਰ ਵਿੱਚ ਪਾਰਟੀ ਦੇ ਪ੍ਰਮੁੱਖ ਆਗੂ ਹਿੱਸਾ ਲੈਣਗੇ ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਪੀ ਚਦੰਬਰਮ ਨੇ ਕਹਿ ਕੇ ਅਸੀਂ ਤੁਰੰਤ ਜੰਮੂ ਕਸ਼ਮੀਰ ਨੂੰ ਪੂਰਨਾ ਰਾਜ ਦਾ ਦਰਜਾ ਬਹਾਲ ਕਰਾਂਗੇ ਅਸੀਂ ਲਦਾਖ ਦੇ ਕਬੀਲੇ ਖੇਤਰਾਂ ਨੂੰ ਸ਼ਾਮਲ ਕਰਨ ਦੇ ਲਈ ਸੰਵਿਧਾਨ ਦੀ 6ਵੀਂ ਅਨੁਸੂਚੀ ਰ ਵਿੱਚ ਸੂਦ ਕਰਾਂਗੇ ਉਹਨਾਂ ਨੇ ਅੱਗੇ ਕਹਿ ਕੇ ਕਾਂਗਰਸ ਅਗਣੀ ਪਾਤ ਤਾ ਜੁਇਨਾ ਨੂੰ ਰਾਦਕ ਕਰ ਦੇਵੇਗਾ ਤੇ ਫੌਜਾ ਜਲ ਸੈਨਾ ਤੇ ਹਵਾਈ ਸੈਨਾ ਦੁਆਰਾ ਆਪਣਾਈ ਗਈ ਆਮ ਪਰਤੇ ਪ੍ਰਕਿਰਿਆਵਾਂ ਮਾਂ ਤੇ ਵਾਪਸ ਆ ਜਾਵੇਗੀ ਜੋ ਕਿ ਸਾਡੇ ਸੈਨਿਕਾਂ ਦੇ ਲਈ ਆਰਥਿਕ ਅਤੇ ਸਮਾਜਿਕ ਸੁਰੱਖਿਆ ਦੇ ਗਾਰੰਟੀ ਦੇਵੇਗੀ ਕਾਂਗਰਸ ਦੇ ਚੋਣਾਂ ਮਨੋਰਥ ਪੱਤਰ ਵਿੱਚ ਹੋਰ ਕੀ ਕੁਝ ਦਾ ਜ਼ਿਕਰ ਕਾਂਗਰਸ ਦੇ ਚੋਣਾਂ ਮਨੋਰਥ ਪੱਤਰ ਦੇ ਵੱਡੇ ਨੁਕਤਿਆਂ ਦੀ ਗੱਲ ਕਰੀਏ ਤਾਂ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ 30 ਲੱਖ ਨੌਕਰੀਆਂ ਗਰੀਬਾ ਪਰਿਵਾਰਾਂ ਦੀਆਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ ਜਾਤੀ ਜਨਗਣਨਾ ਐਮਐਸਪੀ ਨੂੰ ਕਾਨੂੰਨੀ ਦਰਜਾ ਮਨਰੇਗਾ ਮਜ਼ਦੂਰੀ 400 ਰੁਪਏ ਜਾਂਚ ਦੀ ਦਰਬਾਰਤ ਨੂੰ ਰੋਕਣਾ ਸ਼ਾਮਲ ਹਨ ਅਜੰਸਗਾ ਤੇ ਪੀਐਮਐਲਏ ਕਾਨੂੰਨ ਦੇ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਸੱਚਰ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਦੇ ਲਈ ਰਾਹਤ ਪਰਿ ਖਬਰ ਪੈਟਰੋਲਾ ਡੀਜ਼ਲ ਹੋਇਆ ਸਸਤਾ ਜਾਣੋ ਨਵੇਂ ਰੇਟ ਪੰਜਾਬ ਦੇ ਲੋਕਾਂ ਦੇ ਲਈ ਰਾਹਤ ਭਰੀ ਖਬਰ ਹੈ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਹੋਈ ਹੈ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਪੈਟਰੋਲ 2 பைਸੇ ਅਤੇ ਡੀਜ਼ਲ ਦੇ 25 ਪੈਸੇ ਸਸਤਾ ਹੋਇਆ ਹੈ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਘਟਣ ਕਰਕੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਨਵੇਂ ਰੇਟ ਦੇ ਮੁਤਾਬਕ ਪੰਜਾਬ ਦੇ ਵਿੱਚ ਪੈਟਰੋਲ ਦੀ ਕੀਮਤ 2 பைਸੇ ਘਟ ਕੇ 96.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 25 ਪੈਸੇ ਘਟ ਕੇ 86.85 ਰੁਪਏ ਪ੍ਰਤੀ ਲੀਟਰ ਹੋ ਗਿਆ ਅਤੇ ਨਾਲੇ ਉਰਨਾਚਲ ਪ੍ਰਦੇਸ਼ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਦੱਸ ਰਿਹਾ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਦੇਸ਼ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਹਨ ਕੁਝ ਸੂਬਿਆਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ ਹੋਇਆ ਤੇ ਜਦੋਂ ਕਿ ਕੁਝ ਸੂਬਿਆਂ ਦੇ ਵਿੱਚ ਦੇ ਰੇਟ ਦੇ ਵਿੱਚ ਮਾਮੂਲੀ ਵਾਧਾ ਵੀ ਹੋਇਆ ਜਦੋਂ ਕਿ ਕਈ ਸਬੰਧ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਸਥਿਰ ਹਨ